ਦੂਸ਼ਿਤ ਵਾਤਾਵਰਣ, ਦੂਸ਼ਿਤ ਪਾਣੀ, ਦੂਸ਼ਿਤ ਹਵਾ ਪੱਖੋਂ ਪੰਜਾਬ ਦਾ ਬੁਰਾ ਹਾਲ ਹੈ। ਸਾਹ ਦੇ ਰੋਗ, ਕੈਂਸਰ, ਪੇਟ ਦੇ ਲਾਇਲਾਜ ਰੋਗ ਪੰਜਾਬ ਵਿੱਚ ਦਿਨ ਬ ਦਿਨ ਵੱਧ ਰਹੇ ਨੇ, ਜੋ ਕਿ ਇੱਕ ਚਿੰਤਾਜਨਕ ਵਰਤਾਰਾ ਹੈ। ਪੰਜਾਬੀਆਂ ਦੀ ਸਿਹਤ ਦਾ ਪੱਧਰ ਦਿਨੋ ਦਿਨ ਡਿੱਗ ਰਿਹਾ ਹੈ। ਇਸ ਵਿੱਚ ਵਾਤਾਵਰਣ, ਪਾਣੀ ਅਤੇ ਹਵਾ ਦੇ ਨਾਲ ਨਾਲ ਰਸਾਇਣਿਕ ਜ਼ਹਿਰ ਮਿਲੇ ਖਾਣ ਵਾਲੇ ਪਦਾਰਥਾਂ ਦਾ ਵੀ ਮੁੱਖ ਰੋਲ ਹੈ। ਦੁੱਧ, ਕਣਕ, ਸਬਜ਼ੀਆਂ, ਜੋ ਰੋਜ਼ਮਰ੍ਹਾ ਦੇ ਖਾਦ ਪਦਾਰਥ ਹਨ, ਇਹਨਾਂ ਦਾ ਜ਼ਹਿਰੀਲਾ ਹੋ ਜਾਣਾ ਸੱਚਮੁੱਚ ਚਿੰਤਾਜਨਕ ਹੈ। ਅੰਨੇਵਾਹ ਪੈਸੇ ਕਮਾਉਣ ਦੇ ਚੱਕਰਾਂ ਵਿੱਚ ਜਿੱਥੇ ਕੁਝ ਲੋਕ ਇਨਸਾਨਾਂ ਨੂੰ ਜ਼ਹਿਰੀਲੇ ਖਾਣ ਵਾਲੇ ਪਦਾਰਥ ਵੇਚ ਰਹੇ ਹਨ, ਉੱਥੇ ਕੁਝ ਕੁ ਮਨੁੱਖਤਾ ਦੇ ਪੁਜਾਰੀ ਕੁਦਰਤੀ ਖੇਤੀ ਰਾਹੀਂ ਸਿਹਤਮੰਦ ਪੰਜਾਬ ਦੀ ਹਾਮੀ ਵੀ ਭਰਦੇ ਹਨ। ਇਸੇ ਲੜੀ ਤਹਿਤ ਮਿਲਦੇ ਹਾਂ ਲੁਹਾਰਾ ਔਰਗੈਨਿਕ ਫਾਰਮ ਦੇ ਮਾਲਕ ਰਾਜਵਿੰਦਰ ਧਾਲੀਵਾਲ ਅਤੇ ਬਰਾੜ ਔਰਗੈਨਿਕ ਫਾਰਮ ਮਾਛੀਕੇ ਦੇ ਬੰਟੀ ਬਰਾੜ ਨਾਲ। ਤੁਸੀਂ ਕਿਸ ਤਰ੍ਹਾਂ ਖਾਦ ਤਿਆਰ ਕਰਦੇ ਹੋ ਇਹਨਾਂ ਨੂੰ ਤਿਆਰ ਕਰਨ ਵਾਸਤੇ? ਇਹ ਜਿਹੜੀ ਖਾਦ ਹੈ ਜੀ, ਇਹ ਰੂੜੀ ਦੀ ਆ। ਅਸੀਂ ਜਦੋਂ ਸਭ ਤੋਂ ਪਹਿਲਾਂ ਸਟਾਰਟ ਕੀਤਾ ਸੀ, ਅਸੀਂ ਰੂੜੀ ਦੀਆਂ ਗਊਸ਼ਾਲਾ ਤੋਂ 25 ਟਰਾਲੀਆਂ ਲੈ ਕੇ ਆਉਂਦੀਆਂ ਸੀ, ਅਤੇ ਉਹਨਾਂ ਨੂੰ ਡੀਕੰਪੋਜ਼ਰ ਦੇ ਨਾਲ ਅਸੀਂ 3-4 ਮਹੀਨੇ ਜਿਹਨੂੰ ਡੀਕੰਪੋਜ਼ਰ ਪਾ ਕੇ ਅਤੇ ਉਹਨੂੰ ਪਲਟ ਪਲਟ ਕੇ ਤਿਆਰ ਕੀਤਾ ਸੀ। ਇਹਨੂੰ ਹੀ ਅਸੀਂ ਸਾਰੀ ਆਪਦੀ ਖੇਤੀ 'ਚ ਯੂਜ ਕਰਦੇ ਹਾਂ। ਵੀ ਕੋਈ ਇਹ ਨਹੀਂ ਹੈਗਾ ਵੀ ਟਰਾਲੀਆਂ ਭਰ ਕੇ ਪਾਉਂਦੇ ਹਾਂ ਖਾਦ ਦੀਆਂ ਜਾਂ ਕੁਝ ਨਹੀਂ, ਇਹਨੂੰ ਹੀ ਝੋਲਿਆਂ ਨਾਲ ਭਰ ਕੇ ਉਹਦੇ ਵਿੱਚ ਛਿੱਟਾ ਦੇ ਕੇ ਜਾਂ ਉੱਦਾਂ ਪਾਉਂਦੇ ਹਾਂ ਅਸੀਂ। ਇਹ ਖਾਦ ਡੀਕੰਪੋਜ਼ਰ ਨਾਲ ਤਿਆਰ ਕੀਤੀ ਹੋਈ ਪੂਰੀ ਖਾਦ ਹੈ। ਇਹ 'ਚ ਕੋਈ ਸਮੈਲ ਨਹੀਂ ਆਉਂਦੀ, ਕੁਛ ਇਹਦੇ 'ਚੋਂ ਗਰਮ ਨਹੀਂ ਹੈਗੀ ਜੀ, ਇਹ ਠੰਡੀ। ਮਾਰਕੀਟਿੰਗ ਦੇ ਮਾਰਕੀਟਿੰਗ ਕਿਸ ਤਰ੍ਹਾਂ ਕਰਦੇ ਹੋ ਤੁਸੀਂ? ਕੀ ਸਮੱਸਿਆਵਾਂ ਆ ਰਹੀਆਂ ਤੁਹਾਨੂੰ ਮਾਰਕੀਟਿੰਗ ਕਰਨ 'ਚ, ਕਿਸ ਤਰ੍ਹਾਂ ਵੇਚਦੇ ਹੋ ਤੁਸੀਂ? ਮਾਰਕੀਟਿੰਗ ਅਸੀਂ ਜੀ ਇੱਕ ਵਟਸਐਪ ਗਰੁੱਪ ਬਣਾਇਆ ਹੋਇਆ। ਐਕਚੁਅਲ ਦੇ 'ਚ ਜਿਹੜੀ ਮੇਰੀ ਰਿਹਾਇਸ਼ ਆ ਉਹ ਮੋਗੇ ਸ਼ਹਿਰ 'ਚ, ਔਰ ਮੈਂ ਤਾਂ ਡੇਲੀ ਅਪ ਡਾਊਨ ਕਰਨਾ ਹੁੰਦਾ ਜੀ। ਅਸੀਂ ਇੱਕ ਵਟਸਐਪ ਗਰੁੱਪ ਬਣਾਇਆ ਹੋਇਆ, ਜਿਹੜੀ ਵੀ ਸਾਡੇ ਕੋਲ ਕੋਈ ਚੀਜ਼ ਡੇਲੀ ਹੁੰਦੀ ਹੈ ਅਸੀਂ ਸਵੇਰੇ ਉਹਨੂੰ ਉਹਦੇ ਵਿੱਚ ਪਾ ਦਿੰਦੇ ਹਾਂ, ਅਤੇ ਜਿਹਨੂੰ ਲੋੜ ਹੁੰਦੀ ਹੈ ਉਹ ਔਡਰ ਕਰ ਦਿੰਦਾ, ਅਸੀਂ ਸ਼ਾਮ ਨੂੰ ਹੋਮ ਡਿਲੀਵਰੀ ਕਰ ਦਿੰਦੇ ਮੋਗੇ ਸ਼ਹਿਰ 'ਚ। ਅਤੇ ਬਾਕੀ ਜਿਹੜੇ ਇੱਥੋਂ ਲੋਕ ਆ ਕੇ ਲੈ ਜਾਂਦੇ ਆ ਖੇਤ 'ਚ, ਉਹ ਲੈ ਜਾਂਦੇ ਆ ਜੀ। ਅਤੇ ਬਾਕੀ ਹਲੇ ਲੋਕਾਂ 'ਚ ਅਵੇਅਰਨੈਸ ਨਹੀਂ ਉੱਨੀ ਜ਼ਿਆਦਾ ਹੈਗੀ, ਜੇ ਆਪਾਂ ਕਹਿੰਦੇ ਜਿੰਨੀ ਆਪਾਂ ਚੀਜ਼ ਲਾ ਲਈ ਹੈ, ਸਬਜ਼ੀ ਲਾ ਲਈ ਹੈ, ਉਹ ਸੇਲ ਉੱਨੀਆਂ ਨਹੀਂ ਹੁੰਦੀਆਂ। ਬਟ ਹੌਲੀ 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 ਜਿਵੇਂ ਜਿਵੇਂ ਅਸੀਂ ਅੱਗੇ ਕਰਾਂਗੇ। ਨਵੇਂ ਬੰਦਿਆਂ ਨੂੰ ਕਿਸ ਤਰ੍ਹਾਂ ਪ੍ਰੇਰਿਤ ਕਰਦੇ ਤੁਸੀਂ ਇਹਨਾਂ? ਨਵੇਂ ਬੰਦੇ ਦਾ ਇਹ ਹੈ ਜੀ, ਬਹੁਤ ਥੋੜ੍ਹੇ ਤੋਂ ਸਟਾਰਟ ਕਰੋ, ਉਹਨੂੰ ਪਹਿਲਾਂ ਦੇਖੋ, ਔਰ ਲੋਕਾਂ ਦੇ ਵਿੱਚ ਜਾਓ ਜੀ, ਵਿਚਰੋ, ਉਹਨਾਂ ਨੂੰ ਦੱਸੋ, ਆਪ ਖੁਦ ਵੇਚਣ ਦੀ ਕੋਸ਼ਿਸ਼ ਕਰੋ, ਹੈ ਨਾ। ਤਾਂ ਹੀ ਹੈ ਵੀ ਵੱਡਾ ਕੰਮ ਕਰਨ ਦੀ ਕੋਸ਼ਿਸ਼ ਨਾ ਕਰੋ ਇਸ ਕੰਮ ਦੇ। ਹਾਂਜੀ, ਜਿਸ ਤਰ੍ਹਾਂ ਘੱਟ ਜ਼ਮੀਨ ਵਾਲੇ ਕਿਸਾਨ ਆ, 2 ਕਿੱਲੇ ਵਾਲੇ, ਵੀ ਉਹਨਾਂ ਵਾਸਤੇ ਔਰਗੈਨਿਕ ਖੇਤੀ ਕਿਸ ਤਰ੍ਹਾਂ ਰਹੇਗੀ ਫਾਇਦੇ 'ਚ? ਉਹਨਾਂ ਵਾਸਤੇ ਤਾਂ ਸਮਾਂ ਵੱਡੀ ਖੇਤੀ ਕਰਨ ਵਾਲਿਆਂ ਨਾਲੋਂ ਵੀ ਜ਼ਿਆਦਾ ਫਾਇਦਾ ਜੀ, ਪਰ ਉਹਨਾਂ ਨੂੰ ਕੰਮ ਖੁਦ ਖੇਤ ਦੇ ਵਿੱਚ ਆਪ ਕਰਨਾ ਪਊਗਾ। ਜੇ ਉਹ ਆਪ ਕੰਮ ਕਰਨ, ਆਪ ਚੀਜ਼ਾਂ ਬੀਜ ਕੇ, ਆਪ ਕੰਮ ਕਰਕੇ ਪੂਰੀ ਫੈਮਿਲੀ, ਉਹਨਾਂ ਦੀ ਪੂਰਾ ਪਰਿਵਾਰ ਖੁਦ ਕੰਮ ਕਰੇ, ਔਰ ਉਸ ਚੀਜ਼ ਨੂੰ ਅੱਗੇ ਉਹ ਆਪ ਹੀ ਖੁਦ ਵੇਚਣ, ਤਾਂ ਬਹੁਤ ਵਧੀਆ। ਉਹਨਾਂ ਵਾਸਤੇ ਜ਼ਿਆਦਾ ਬੈਨੀਫਿਟ ਹੈ ਜੀ, ਉਹਨਾਂ ਵਾਸਤੇ ਜ਼ਿਆਦਾ ਬੈਨੀਫਿਟ ਹੈ, ਕਿਉਂਕਿ ਉਹ ਖੁਦ ਕੰਮ ਕਰਨਗੇ, ਉਹਨਾਂ ਨੂੰ ਲੇਬਰ ਨਹੀਂ ਪਊਗੀ। ਜਿਹੜਾ ਕੋਈ ਜ਼ਿਆਦਾ ਵੱਡਾ ਕਰਦਾ ਉਹਨੂੰ ਲੇਬਰ ਬਹੁਤ ਪੈਂਦੀ ਹੈ ਜੀ, ਹੈਂ। ਉਹ ਖੁਦ ਵੇਚੇ, ਖੁਦ ਕਰੇ, ਤਾਂ ਉਹਦੇ ਖਰਚੇ ਬਚਣਗੇ ਜੀ। ਕਣਕ ਝੋਨੇ ਦੇ ਉਹ ਇਕੱਲੀ ਜੇ 1-2 ਕਿੱਲੇ ਵਾਲਾ ਕਿਸਾਨ ਜਿਹੜਾ ਕਣਕ ਝੋਨੇ ਦੀ ਖੇਤੀ ਕਰਦਾ, ਉਹ ਕੋਈ ਖੇਤੀ ਨਹੀਂ ਕਰਦਾ, ਉਹ ਸਿਰਫ ਇੱਕ ਟਾਈਮ ਪਾਸ ਔਰ ਕਰ, ਇਹਦੇ ਵਿੱਚ ਉਹ ਬਹੁਤ ਵਧੀਆ ਗੁਜ਼ਾਰਾ ਕਰ ਸਕਦਾ ਆਪਣੇ ਘਰ ਦਾ, ਔਰ 10 ਕਿੱਲਿਆਂ ਵਾਲੇ ਨਾਲੋਂ ਜ਼ਿਆਦਾ ਵਧੀਆ ਜ਼ਿੰਦਗੀ ਜਿਉਂ ਸਕਦਾ, ਪਰ ਉਹਨੂੰ ਕੰਮ ਖੁਦ ਕਰਨਾ ਪਊਗਾ, ਉਹਦੀ ਪੂਰੀ ਪਰਿਵਾਰ ਨੂੰ। ਧੰਨਵਾਦ ਜੀ। ਇਹ ਸਨ ਰਾਜਵਿੰਦਰ ਧਾਲੀਵਾਲ ਜੀ, ਲੁਹਾਰਾ ਫਾਰਮ ਵਾਲੇ। ਅੱਜ ਅਸੀਂ ਆਏ ਜੀ ਮੋਗਾ ਜ਼ਿਲ੍ਹੇ ਦੇ ਪਿੰਡ ਮਾਛੀਕੇ ਬਰਾੜ ਔਰਗੈਨਿਕ ਫਾਰਮ ਵਿੱਚ, ਔਰਗੈਨਿਕ ਸਬਜ਼ੀਆਂ ਬਾਰੇ ਗੱਲਬਾਤ ਕਰਦੇ ਹਾਂ ਬੰਟੀ ਬਰਾੜ ਜੀ ਨਾਲ। ਹਾਂਜੀ ਬੰਟੀ ਜੀ, ਤੁਸੀਂ ਇਹ ਔਰਗੈਨਿਕ ਸਬਜ਼ੀਆਂ ਦਾ ਜੋ ਕੰਮ ਕਦੋਂ ਤੋਂ ਸ਼ੁਰੂ ਕੀਤਾ ਅਤੇ ਕੀ ਮਕਸਦ ਆ ਤੁਹਾਡਾ? ਵੀਰ ਜੀ, ਇਹ ਮੈਂ ਕਿਚਨ ਗਾਰਡਨਿੰਗ ਤੋਂ ਹੀ ਸ਼ੁਰੂ ਕੀਤਾ ਜੀ ਆਪਦੇ ਸ਼ੌਂਕ ਲਈ, ਅਤੇ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਮਾਰਕੀਟ 'ਚ ਦੇਖਦੇ ਸੀ ਵੀ ਕੈਮੀਕਲ ਦਾ ਬਹੁਤ ਪ੍ਰਯੋਗ ਹੋ ਰਿਹਾ,
ਉਸ ਕਰਕੇ ਬਸ ਅੱਗੇ ਸ਼ੁਰੂ ਕੀਤਾ, ਵਧਾ ਲਿਆ ਕੰਮ, ਅਤੇ ਵੀ ਲੋਕਾਂ ਨੂੰ ਵੀ ਹੋਰ ਚੀਜ਼ਾਂ ਵਧੀਆ ਦੇ ਸਕੀਏ, ਬਸ ਇਹੀ ਸੀ। ਹਾਲੇ ਆਪਾਂ 4 ਕਿੱਲਿਆਂ 'ਚ ਸ਼ੁਰੂ ਕੀਤਾ ਅਤੇ ਅੱਗੇ ਹੌਲੀ ਹੌਲੀ ਵਧਾ ਰਹੇ ਹਾਂ। ਹੋਰ ਮੈਂ ਪਿਛਲੇ ਦਿਨੀ ਕਾਫੀ ਹੋਸਪਿਟਲਾਂ 'ਚ ਰਿਹਾ ਤਾਂ ਉੱਥੇ ਦੇਖਿਆ ਵੀ ਜ਼ਿਆਦਾਤਰ ਜੋ ਬਿਮਾਰੀਆਂ ਆਪਣੇ ਖਾਣੇ ਪੀਣੇ ਦਾ ਕਰਕੇ ਹੀ ਹੋ ਰਹੀਆਂ ਹੈਗੀਆਂ, ਤਾਂ ਖਾਣਾ ਪੀਣਾ ਚੇਂਜ ਹੋ ਜਾਏ ਇਸ ਲਈ ਬਹੁਤ ਬਿਮਾਰੀਆਂ ਘੱਟ ਸਕਦੀਆਂ ਹੈਗੀਆਂ। ਉਸੇ ਨੂੰ ਲੈ ਕੇ ਹੀ ਆਪਾਂ ਅੱਗੇ ਚੱਲੇ ਹਾਂਗੇ, ਉਹੀ ਸੋਚ ਲੈ ਕੇ ਔਰਗੈਨਿਕ ਕਰ ਰਹੇ ਹਾਂ। ਵੀ ਬਿਮਾਰੀਆਂ ਸਾਰੀਆਂ ਜੋ ਸਾਡੇ ਖਾਣੇ ਪੀਣੇ ਤੋਂ ਹੀ ਸ਼ੁਰੂ ਹੋ ਰਹੀਆਂ, ਜੇ ਸਾਡਾ ਖਾਣਾ ਪੀਣਾ ਠੀਕ ਹੋ ਜਾਏ ਤਾਂ ਬਹੁਤ ਬਿਮਾਰੀਆਂ ਠੀਕ ਹੋ ਸਕਦੀਆਂ। ਭਾਰਤ ਸੰਦੇਸ਼ ਵੱਲੋਂ ਕੈਮਰਾਮੈਨ ਮਿੰਟੂ ਖੁਰਮੀ ਅਤੇ ਜਸਵਿੰਦਰ ਰਾਉਕੇ ਦੀ ਰਿਪੋਰਟ।